ਰਾਤ ਸਮੇਂ ਦੋ ਧਿਰਾਂ 'ਚ ਹੋਈ ਲੜਾਈ ਜਿਸ 'ਚ ਤਾਜਵੀਰ ਸਿੰਘ ਨੇ ਕੁਛ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ 'ਤੇ ਅਟੈਕ ਕੀਤਾ। ਵਾਇਰਲ ਵੀਡੀਓ 'ਤੇ ਪੁਲਿਸ ਨੇ ਦੱਸੀ ਮਾਮਲੇ ਦੀ ਸੱਚਾਈ। ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਨਜ਼ਦੀਕੀ ਪਿੰਡ 'ਚ ਲੜਾਈ ਦੀਆਂ ਵਾਇਰਲ ਹੋਈਆਂ ਵੀਡੀਓਜ਼ ਅਤੇ ਫੋਟੋਆਂ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਹਿ ਪ੍ਰਚਾਰਿਆ ਜਾ ਰਿਹਾ ਸੀ, ਅਤੇ ਮਾਮਲੇ 'ਚ ਹੁਣ ਪੁਲਿਸ ਨੇ ਸੱਚਾਈ ਦੱਸਦਿਆਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਪੁਲਿਸ ਅਨੁਸਾਰ ਇਹ ਦੋ ਧਿਰਾਂ ਦੀ ਆਪਸੀ ਲੜਾਈ ਦਾ ਮਾਮਲਾ। ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਇੱਕ ਧਿਰ ਦੇ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਮੁਕਤਸਰ ਅਤੇ ਫਿਰ ਉੱਥੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਲੜਾਈ ਵਿੱਚ ਜਿੱਥੇ ਇੱਕ ਧਿਰ ਨੇ ਦੂਜੇ ਪੱਖ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਨਾਲ ਸਾੜ ਕੇ ਰੱਖ ਦਿੱਤਾ, ਉੱਥੇ ਹੀ ਲੋਕਾਂ ਵੱਲੋਂ ਬੋਤਲਾਂ ਵਿੱਚ ਪੈਟਰੋਲ ਭਰ ਕੇ ਅੱਗ ਲਗਾਉਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਾਬੰਦਰ ਦੇ ਇੱਕ ਪਾਸੇ ਦੇ ਜੰਗੀਰ ਸਿੰਘ ਦੀ ਦੂਜੇ ਪਾਸੇ ਦੇ ਤਾਜਵੀਰ ਸਿੰਘ ਨਾਲ ਪਿੱਛੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਸੂਤਰਾਂ ਅਨੁਸਾਰ ਜੰਗੀਰ ਸਿੰਘ ਤਾਜਵੀਰ ਸਿੰਘ ਨੂੰ ਆਪਣੀ ਗਲੀ ਵਿੱਚ ਆਉਣ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਵੀਰਵਾਰ ਸ਼ਾਮ ਨੂੰ ਵੀ ਦੋਵਾਂ ਵਿਚਕਾਰ ਕਾਫੀ ਬਹਿਸ ਹੋਈ ਅਤੇ ਦੇਰ ਰਾਤ ਤਾਜਵੀਰ ਸਿੰਘ ਆਪਣੇ ਨਾਲ ਕਈ ਦੋਸਤਾਂ ਨੂੰ ਲੈ ਕੇ ਆਇਆ, ਜਦੋਂ ਕਿ ਜੰਗੀਰ ਸਿੰਘ ਦਾ ਪਰਿਵਾਰ ਅਤੇ ਦੂਜੇ ਪਾਸੇ ਦੇ ਕਈ ਲੋਕ ਵੀ ਉੱਥੇ ਇਕੱਠੇ ਹੋ ਗਏ, ਜਿੱਥੇ ਦੋਵਾਂ ਧਿਰਾਂ ਵਿੱਚ ਇੱਕ ਬਹਿਸ ਹੋ ਗਈ, ਜਿੱਥੇ ਇੱਕ ਧਿਰ ਨੇ ਦੂਜੀ ਧਿਰ ਦੇ ਬਾਈਕ ਨੂੰ ਵੀ ਅੱਗ ਲਗਾ ਕੇ ਬੁਰੀ ਤਰ੍ਹਾਂ ਸਾੜ ਦਿੱਤਾ। ਇਸ ਸੰਬੰਧੀ SPD ਮਨਮੀਤ ਸਿੰਘ ਢਿੱਲੋਂ ਨੇ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਤਿੰਨ ਦੀ ਦਰਮਿਆਨੀ ਰਾਤ ਨੂੰ ਮਹਾਬੰਦਰ ਪਿੰਡ ਵਿਖੇ ਦੋ ਗੁੱਟਾਂ ਦਾ ਆਪਸ 'ਚ ਝਗੜਾ ਹੋਇਆ, ਜਿਸ 'ਚ ਤਾਜਵੀਰ ਸਿੰਘ ਦੀ ਲੜਾਈ ਜਗੀਰ ਸਿੰਘ ਸਾਬਕਾ ਮੈਂਬਰ ਸਰਪੰਚ ਪੰਚਾਇਤ ਦੇ ਨਾਲ ਹੋਈ ਹੈ, ਜਿਸ 'ਚ ਤਾਜਵੀਰ ਸਿੰਘ ਨੇ ਕੁਛ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ 'ਤੇ ਅਟੈਕ ਕੀਤਾ। ਇਸ 'ਚ FIR ਨੰਬਰ 20 PS ਲੱਖੇ ਵਾਲੀ ਰਜਿਸਟਰ ਕਰ ਲਈ ਗਈ ਹੈ ਅਤੇ ਤਫਤੀਸ਼ ਅੱਗੇ ਜਾਰੀ ਹੈ। ਇਸ ਲੜਾਈ ਵਿੱਚ ਕੋਈ ਵੀ ਪਾਰਟੀਬਾਜ਼ੀ ਜਾਂ ਕੋਈ ਕਿਸੇ ਪਾਰਟੀ ਦੇ ਨੂੰ ਲੈ ਕੇ ਜਾਂ ਇਲੈਕਸ਼ਨਾਂ ਨੂੰ ਲੈ ਕੇ ਕੋਈ ਝਗੜਾ ਨਹੀਂ, ਇਹਨਾਂ ਦੀ ਆਪਸੀ ਰੰਜਿਸ਼ ਸੀਗੀ, ਉਸਦੇ ਮੱਦੇ ਨਜ਼ਰ ਹੀ ਇਹ ਝਗੜਾ ਹੋਇਆ ਅਤੇ ਇਸ 'ਚ ਕੋਈ ਮਾਡਰਨ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋਈ। ਕੇਸ ਰਜਿਸਟਰ ਕਰ ਲਿਆ ਅਤੇ ਅਗਲੀ ਤਫਤੀਸ਼ ਜਾਰੀ। ਰਾਤ ਸਮੇਂ ਦੋ ਧਿਰਾਂ 'ਚ ਹੋਈ ਲੜਾਈ, ਜਿਸ 'ਚ ਤਾਜਵੀਰ ਸਿੰਘ ਨੇ ਕੁਛ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ 'ਤੇ ਅਟੈਕ ਕੀਤਾ। ਵਾਇਰਲ ਵੀਡੀਓ 'ਤੇ ਪੁਲਿਸ ਨੇ ਦੱਸੀ ਮਾਮਲੇ ਦੀ ਸੱਚਾਈ। ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਨਜ਼ਦੀਕੀ ਪਿੰਡ 'ਚ ਲੜਾਈ ਦੀਆਂ ਵਾਇਰਲ ਹੋਈਆਂ ਵੀਡੀਓਜ਼ ਅਤੇ ਫੋਟੋਆਂ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਹਿ ਪ੍ਰਚਾਰਿਆ ਜਾ ਰਿਹਾ ਸੀ, ਅਤੇ ਮਾਮਲੇ 'ਚ ਹੁਣ ਪੁਲਿਸ ਨੇ ਸੱਚਾਈ ਦੱਸਦਿਆਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਪੁਲਿਸ ਅਨੁਸਾਰ ਇਹ ਦੋ ਧਿਰਾਂ ਦੀ ਆਪਸੀ ਲੜਾਈ ਦਾ ਮਾਮਲਾ। ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਇੱਕ ਧਿਰ ਦੇ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਮੁਕਤਸਰ ਅਤੇ ਫਿਰ ਉੱਥੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਲੜਾਈ ਵਿੱਚ ਜਿੱਥੇ ਇੱਕ ਧਿਰ ਨੇ ਦੂਜੇ ਪੱਖ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਨਾਲ ਸਾੜ ਕੇ ਰੱਖ ਦਿੱਤਾ, ਉੱਥੇ ਹੀ ਲੋਕਾਂ ਵੱਲੋਂ ਬੋਤਲਾਂ ਵਿੱਚ
ਪੈਟਰੋਲ ਭਰ ਕੇ ਅੱਗ ਲਗਾਉਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਾਬੰਦਰ ਦੇ ਇੱਕ ਪਾਸੇ ਦੇ ਜੰਗੀਰ ਸਿੰਘ ਦੀ ਦੂਜੇ ਪਾਸੇ ਦੇ ਤਾਜਵੀਰ ਸਿੰਘ ਨਾਲ ਪਿੱਛੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਸੂਤਰਾਂ ਅਨੁਸਾਰ ਜੰਗੀਰ ਸਿੰਘ ਤਾਜਵੀਰ ਸਿੰਘ ਨੂੰ ਆਪਣੀ ਗਲੀ ਵਿੱਚ ਆਉਣ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਵੀਰਵਾਰ ਸ਼ਾਮ ਨੂੰ ਵੀ ਦੋਵਾਂ ਵਿਚਕਾਰ ਕਾਫੀ ਬਹਿਸ ਹੋਈ ਅਤੇ ਦੇਰ ਰਾਤ ਤਾਜਵੀਰ ਸਿੰਘ ਆਪਣੇ ਨਾਲ ਕਈ ਦੋਸਤਾਂ ਨੂੰ ਲੈ ਕੇ ਆਇਆ, ਜਦੋਂ ਕਿ ਜੰਗੀਰ ਸਿੰਘ ਦਾ ਪਰਿਵਾਰ ਅਤੇ ਦੂਜੇ ਪਾਸੇ ਦੇ ਕਈ ਲੋਕ ਵੀ ਉੱਥੇ ਇਕੱਠੇ ਹੋ ਗਏ, ਜਿੱਥੇ ਦੋਵਾਂ ਧਿਰਾਂ ਵਿੱਚ ਇੱਕ ਬਹਿਸ ਹੋ ਗਈ, ਜਿੱਥੇ ਇੱਕ ਧਿਰ ਨੇ ਦੂਜੀ ਧਿਰ ਦੇ ਬਾਈਕ ਨੂੰ ਵੀ ਅੱਗ ਲਗਾ ਕੇ ਬੁਰੀ ਤਰ੍ਹਾਂ ਸਾੜ ਦਿੱਤਾ। ਇਸ ਸੰਬੰਧੀ SPD ਮਨਮੀਤ ਸਿੰਘ ਢਿੱਲੋਂ ਨੇ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਅਤੇ 3 ਦੀ ਦਰਮਿਆਨੀ ਰਾਤ ਨੂੰ ਮਹਾਬੰਦਰ ਪਿੰਡ ਵਿਖੇ ਦੋ ਗੁੱਟਾਂ ਦਾ ਆਪਸ 'ਚ ਝਗੜਾ ਹੋਇਆ, ਜਿਸ 'ਚ ਤਾਜਵੀਰ ਸਿੰਘ ਦੀ ਲੜਾਈ ਜਗੀਰ ਸਿੰਘ ਸਾਬਕਾ ਮੈਂਬਰ ਸਰਪੰਚ ਪੰਚਾਇਤ ਦੇ ਨਾਲ ਹੋਈ ਹੈ, ਜਿਸ 'ਚ ਤਾਜਵੀਰ ਸਿੰਘ ਨੇ ਕੁਛ ਆਦਮੀਆਂ ਦੇ ਨਾਲ ਰਲ ਕੇ ਰਾਤ ਨੂੰ ਇਹਨਾਂ ਦੇ ਘਰ 'ਤੇ ਅਟੈਕ ਕੀਤਾ। ਇਸ 'ਚ FIR ਨੰਬਰ 20 PS ਲੱਖੇ ਵਾਲੀ ਰਜਿਸਟਰ ਕਰ ਲਈ ਗਈ ਹੈ ਅਤੇ ਤਫਤੀਸ਼ ਅੱਗੇ ਜਾਰੀ ਹੈ। ਇਸ ਲੜਾਈ ਵਿੱਚ ਕੋਈ ਵੀ ਪਾਰਟੀਬਾਜ਼ੀ ਜਾਂ ਕੋਈ ਕਿਸੇ ਪਾਰਟੀ ਦੇ ਨੂੰ ਲੈ ਕੇ ਜਾਂ ਇਲੈਕਸ਼ਨਾਂ ਨੂੰ ਲੈ ਕੇ ਕੋਈ ਝਗੜਾ ਨਹੀਂ, ਇਹਨਾਂ ਦੀ ਆਪਸੀ ਰੰਜਿਸ਼ ਸੀਗੀ, ਉਸਦੇ ਮੱਦੇ ਨਜ਼ਰ ਹੀ ਇਹ ਝਗੜਾ ਹੋਇਆ ਅਤੇ ਇਸ 'ਚ ਕੋਈ ਮਾਡਰਨ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਹੋਈ। ਕੇਸ ਰਜਿਸਟਰ ਕਰ ਲਿਆ ਅਤੇ ਅਗਲੀ ਤਫਤੀਸ਼ ਜਾਰੀ।